ਅਤੇ ਕਦੋਂ ਸ਼ਾਮ ਹੋ ਜਾਂਦੀ ਹੈ, ਬਹੁਤ ਘੱਟ ਹੈ। ਪੀਜ਼ਾ ਖਾ ਕੇ ਹਟੇ ਹੈ ਹੁਣੇ, ਰਾਤੀ ਵੀ ਇੱਥੋਂ ਲੈ ਗਏ ਸੀ, ਅੰਦਰ ਜਾ ਕੇ ਸੀਗੀਆਂ, ਇਹ ਬਾਹਰ ਮੇਨ 'ਤੇ ਸ਼ੌਪ ਹੈ। ਅਤੇ ਹੁਣ ਚੱਲੇ ਹੋਟਲ ਵੱਲ ਨੂੰ, ਇੱਕ ਮੈਂ ਰਾਸਤੇ ਜਾਂਦਾ ਇੰਡੀਅਨ ਰੈਸਟੋਰੈਂਟ, ਮੈਂ ਉਹਦੀ ਪਹਿਚਾਣ ਰੱਖੀ ਵੀ ਹੈ, ਵੱਡੀ ਵੱਡੀਆਂ ਸ਼ੌਪਸ ਹੈ। ਸਟੇਸ਼ਨ 'ਤੇ ਇੱਧਰ ਦਾ ਨਜ਼ਾਰਾ ਆਪਣਾ ਹੀ ਹੈ, ਜਿੱਥੇ ਸਾਡਾ ਹੋਟਲ ਹੈ। ਲਓ ਜੀ ਦੇਖੋ, ਇਹ ਹਲੇ 5:30 ਹੋਏ ਹੈ ਸ਼ਾਮ ਦੇ, ਇੱਥੇ ਪੂਰਾ ਡਾਰਕ ਹੋ ਗਿਆ, ਐਨ ਹਨੇਰਾ ਹੈ। ਮੈਂ ਤਾਂ ਐਕਚੁਲੀ ਲਾਈਟ ਦੇ ਸਾਹਮਣੇ ਖੜ੍ਹਾਂ, ਤਾਂ ਚੱਲਣਾ ਹੈ। ਅਤੇ ਸਵੇਰੇ ਮਤਲਬ ਕਿ 8:30-9 ਵਜੇ ਸੂਰਜ ਆਉਂਦਾ ਹੈ, ਜਿਹੜਾ ਥੋੜ੍ਹਾ ਜਿਹਾ ਚੜ੍ਹਨਾ ਹੁੰਦਾ, ਅਤੇ 5 ਵਜੇ ਤੱਕ ਪੂਰਾ ਡਾਰਕ ਹੋ ਜਾਂਦਾ, ਐਨ ਥੱਲੇ ਚਲੇ ਜਾਂਦਾ। ਅਤੇ ਬੜੇ ਦਿਨ ਛੋਟੇ ਹੈ ਇੱਥੇ, ਪਤਾ ਨਹੀਂ ਲੱਗਦਾ ਮੋਰਨਿੰਗ ਕਦੋਂ ਤੁਸੀਂ ਉੱਠ ਕੇ ਨਿਕਲੇ ਅਤੇ ਕਦੋਂ ਸ਼ਾਮ ਹੋ ਜਾਂਦੀ ਹੈ, ਬਹੁਤ ਘੱਟ ਟਾਈਮ ਹੈ। ਲਓ ਜੀ ਦੇਖੋ ਇੱਕ ਵਾਰ ਫਿਰ ਰਾਤ ਨੂੰ ਪੈਰਿਸ ਦੀਆਂ ਗਲੀਆਂ 'ਚ ਜ਼ਿਆਦਾ ਲੋਕ ਹਨੇਰੇ 'ਚ ਇੱਥੇ ਰਹਿੰਦੇ ਸ਼ਾਮ ਨੂੰ, ਬਹੁਤ ਮਤਲਬ ਕਿ ਲੇਟ ਤੱਕ। ਇੱਥੇ ਵਾਈਨ ਸ਼ੌਪ ਬਹੁਤ ਵੱਡੀ, ਸਪੈਸ਼ਲੀ ਹੈ। ਬਹੁਤ ਵੱਡੀ ਵਾਈਨ ਸ਼ੌਪ ਹੈ, ਬਹੁਤ ਵੱਡੀ ਸਟੋਰ, ਅਲੱਗ ਅਲੱਗ ਕਿਸਮ ਦੀਆਂ, ਅਲੱਗ ਅਲੱਗ ਤਰ੍ਹਾਂ ਦੀਆਂ, ਆਲਮੋਸਟ ਪੂਰੇ ਵਰਲਡ ਦੀ ਉਹ ਸ਼ੈਂਪੀਅਨ ਵਿਸਕੀ ਵਾਈਨ, ਬਹੁਤ ਵੱਡਾ ਸਟੋਰ ਹੈ ਉੱਪਰ ਤੱਕ ਵਿਦ ਰੈਸਟੋਰੈਂਟ, ਮੁੱਕਣ 'ਚ ਨਹੀਂ ਆਉਂਦਾ। ਲਓ ਜੀ ਆ ਗਏ ਰਾਤ ਨੂੰ, ਪੀਜ਼ਾ ਖਾ ਕੇ ਹਟੇ ਹੈ ਹੁਣੇ, ਬਾਕੀ ਹੋਟਲ ਹੀ ਫੂਡ ਪੈਕ ਕਰਾਈਏ। ਦੇਖੋ ਰਾਤੀ ਵੀ ਇੱਥੋਂ ਲੈ ਗਏ ਸੀ, ਵਧੀਆ ਲੱਗਿਆ, ਹੁਣ ਫਿਰ ਦੁਬਾਰਾ ਇੱਥੇ ਆਏ ਸਾਰਾ। ਇੱਥੋਂ ਪੈਕ ਕਰਾ ਕੇ ਹੁਣ ਘਰ ਲੈ ਜਾਣਾ, ਘਰ ਨਹੀਂ ਮਤਲਬ ਕਿ ਹੋਟਲ 'ਚ ਘਰ ਆ ਸਾਡਾ। ਲਓ ਜੀ ਅੱਜ ਲਾਸਟ ਦਿਨ ਹੈ, ਇਸ ਕਰਕੇ ਆਪਣੇ ਜਿਹੜੇ ਰਿਲੇਟਿਵ ਫਰੈਂਡਸ ਉਹਨਾਂ ਲਈ ਛੋਟੇ ਛੋਟੇ ਕੋਈ ਯਾਦਗਾਰ ਗਿਫਟ ਵੀ ਲੈ ਲਈਏ, ਅਤੇ ਇਸ ਕਰਕੇ ਇੱਧਰ ਆ ਚੁੱਕੇ ਹਾਂ ਸ਼ੌਪ 'ਚ। ਬੜੇ ਇੱਥੇ ਪੈਰਿਸ ਹੈ ਹੀ ਐਕਸਪੈਂਸਿਵ, ਇੰਨਾ ਹੈ ਛੋਟੀ ਜਿਹੀ ਚੀਜ਼ ਵੀ ਬੜੀ, ਜਦੋਂ ਯੂਰੋ ਨਾਲ ਮਲਟੀਪਲਾਈ ਇੰਡੀਆ ਦੇ ਹਿਸਾਬ ਨਾਲ ਕਰਦੇ ਹਾਂ ਤਾਂ 1 euro 92 rupees ਦੇ ਪੈਂਦਾ, ਅਤੇ ਆਹ ਛੋਟਾ ਛੋਟਾ ਵੀ ਜਿਵੇਂ ਦਾ ਇਹ ਕੀ ਚੈਨ ਜਿਹੜਾ ਆਪਣੇ ਉੱਥੇ 10 rupees ਦਾ ਮਿਲ ਜਾਂਦਾ, ਇੱਥੇ ਮਿਨੀਮਮ 80-90 rupees ਤੋਂ ਘੱਟ ਨਹੀਂ ਹੈ। ਹਾਂ ਬਹੁਤ ਜ਼ਿਆਦਾ। ਚਲੋ ਲੈਟ ਸੀ, ਪਰ ਲੈਣਾ ਤਾਂ ਹੈ ਕੁਛ ਯਾਦਗਾਰ, ਸੋ ਕਰਦੇ ਬਾਏ, ਖਾਂਦੇ ਤੁਹਾਨੂੰ ਨਾਲੇ। ਉੱਥੇ ਤਾਂ ਗੱਲ ਨਹੀਂ ਬਣੀ, ਇੱਕ ਹੋਰ ਸ਼ੌਪ 'ਤੇ ਚੱਲੇ ਹਾਂ, ਇੱਥੇ ਦੇਖਦੇ ਜੇ ਗੱਲ ਬਣਦੀ ਹੈ। ਮੈਨੂੰ ਲੱਗਦਾ ਇੱਥੇ ਬਣ ਜਾਏਗੀ, ਕਿਉਂਕਿ ਇਹਨਾਂ ਕੋਲ ਕਾਫੀ ਵਰਾਇਟੀ ਹੈ। ਉਹ ਅੰਦਰ ਜਾ ਕੇ ਸੀਗੀਆਂ, ਇਹ ਬਾਹਰ ਮੇਨ 'ਤੇ ਸ਼ੌਪ ਹੈ, ਅਤੇ ਹੈ ਜਾਂ ਬਾਈ ਜੀ ਬੈਠੇ ਹੀਟਰ ਮੂਹਰੇ। ਹਾਂਜੀ ਫੂਡ ਵੀ ਪੈਕ ਕਰਾ ਲਿਆ, ਅਤੇ 2 bags ਪੈਕ ਕਰਾ ਲਏ ਨਾਲ ਸਮਾਨ ਦੇ ਲੈਣ ਲਈ, ਲੈ ਲਿਆ ਮਤਲਬ ਕਿ ਜਿਹੜਾ। ਅਤੇ ਹੁਣ ਚੱਲੇ ਹੋਟਲ ਵੱਲ ਨੂੰ, ਮੇਰਾ ਐਕਚੁਅਲੀ ਵਾਈਫਾਈ ਵੀ ਇੰਟਰਨੈਸ਼ਨਲ ਰੋਮਿੰਗ ਵਾਲਾ ਖਤਮ ਹੋ ਚੁੱਕਿਆ ਹੈ, ਅਤੇ ਹੁਣ
ਥੋੜ੍ਹਾ ਆਈਡੀਆ ਹੈਗਾ ਵੀ ਮੈਟਰੋ ਸਟੇਸ਼ਨ ਕਿੱਧਰ ਨੂੰ ਹੈ, ਇੱਕ ਵਾਰ ਜਾ ਕੇ ਦੇਖਦੇ ਮੇ ਬੀ ਸ਼ਾਇਦ ਠੀਕ ਹੈ ਪਹੁੰਚੀਏ, ਨਹੀਂ ਫਿਰ ਕਿਸੇ ਨਾਲ ਇੱਥੇ ਮੈਂ ਲੈ ਕੇ ਉਹਦਾ ਹੋਟਸਪੋਟ ਅਟੈਚ ਕਰੂੰਗਾ ਤਾਂ ਫਿਰ ਆਪਣੇ ਮੈਟਰੋ ਸਟੇਸ਼ਨ ਵੱਲ ਜਾ ਕੇ ਫਿਰ ਹੋਟਲ ਵੱਲ ਜਾਊਂਗਾ। ਫਸਟ ਪਹਿਲਾਂ ਮੈਂ ਖੁਦ ਇਹ ਦੇਖਣ ਲੱਗਿਆ ਇੱਕ ਵਾਰ ਟਰਾਈ ਕਰਕੇ ਵੀ ਮੇ ਬੀ ਸ਼ਾਇਦ ਇਹ ਰਸਤਾ ਹੋਵੇ, ਕਿਉਂਕਿ ਕੱਲ੍ਹ ਵੀ ਮੈਂ ਇੱਧਰ ਆਇਆ ਸੀ, ਹੋਪ ਸੋ ਲੱਗਦਾ ਰਿਹਾ ਵੀ ਉਹੀ ਰਸਤਾ ਹੈ। ਬਾਕੀ ਦੇਖਦੇ ਜਾ ਕੇ ਸ਼ਾਇਦ ਇੱਕ ਮੈਂ ਰਾਸਤੇ ਜਾਂਦਾ ਇੰਡੀਅਨ ਰੈਸਟੋਰੈਂਟ, ਮੈਂ ਉਹਦੀ ਪਹਿਚਾਣ ਰੱਖੀ ਵੀ ਹੈ, ਜੇ ਤਾਂ ਉਹੀ ਇੰਡੀਅਨ ਰੈਸਟੋਰੈਂਟ ਇੱਧਰ ਆ ਗਿਆ ਤਾਂ ਦੈਟ ਮੀਨਸ ਮੈਂ ਆਪਣੇ ਰਸਤੇ 'ਤੇ ਆਇਆ ਮੌਨ ਦੀ ਵੇ, ਪਰ ਜੇ ਉਹ ਨਾ ਆਇਆ ਰੈਸਟੋਰੈਂਟ ਤਾਂ ਫਿਰ ਸਮਝ ਲਓ ਮੈਂ ਰਸਤਾ ਭਟਕ ਗਿਆ, ਫਿਰ ਮੈਨੂੰ ਕਿਸੇ ਦਾ ਹੋਟਸਪੋਟ ਲੈ ਕੇ ਵਾਈਫਾਈ ਔਨ ਕਰਨਾ ਪੈਣਾ। ਬਟ ਮੈਨੂੰ ਲੱਗਦਾ ਵੀ ਨਹੀਂ ਠੀਕ ਹੈ ਮੈਂ, ਕਿਉਂਕਿ ਇਹ ਸਟਰੀਟ ਇੱਕਦਮ ਦੋ ਚਾਰ ਦਿਨ 'ਚ ਥੋੜ੍ਹਾ ਜਿਹਾ ਯਾਦ ਤਾਂ ਹੋ ਗਿਆ ਹੈ। ਪਲੀਜ਼ ਮੈਡਮ ਹਾਰਦੇ ਨਹੀਂ ਮੇਰੇ, ਉਹ ਕਹਿੰਦੇ ਮੈਂ ਹੋਰ ਸ਼ੋਪਿੰਗ ਕਰਨੀ ਹੈ, ਦੋ ਬੈਗ ਪਹਿਲੀ ਇੰਨੇ ਕੁ ਸਮਾਨ ਦੇ ਜਿਹੜੇ ਕਿ ਨੀਅਰ ਅਬਾਊਟ ਮੈਨੂੰ ਇੰਡੀਆ ਨਾਲ ਕੈਲਕੂਲੇਟ ਕਰਨਾ 5,000 ਦੇ ਕਰੀਬ ਪੈ ਗਿਆ ਹੋਣਾ। ਬਟ ਚਲੋ ਦੇਖਦੇ ਹਾਂ ਹੁਣ ਕਿੱਥੇ ਜਾਂਦੇ ਹਾਂ। ਇਹ ਸਾਹਮਣੇ ਉਹਨਾਂ ਦੇਖ ਗਿਆ ਵੀ ਵੱਡੀ ਵੱਡੀਆਂ ਸ਼ੋਪਸ ਹੈ, ਪਰ ਇਹਨੂੰ ਇਹ ਨਹੀਂ ਪਤਾ ਵੀ ਇਹ ਮੇਨ ਮਾਰਕੀਟ 'ਤੇ, ਜਿਹੜੀ ਮੇਨ ਚੰਗੀ ਹਾਈਵੇ ਮੇਨ ਵੱਡੀ ਸਟਰੀਟ 'ਤੇ, ਅਤੇ ਐਕਸਪੈਂਸਿਵ ਹੋਊਗੀਆਂ ਡੈਫੀਨੇਟਲੀ, ਕਿਉਂਕਿ ਅੰਦਰ ਸ਼ੋਪ ਸਸਤੀਆਂ ਹੁੰਦੀਆਂ ਬਾਹਰ ਥੋੜ੍ਹਾ ਮਹਿੰਗਾ ਹੁੰਦਾ। ਚਲੋ ਉਤਾਰ ਲੈਣ ਤੋਂ ਚੌਂਕ ਕਿਹਾ ਉਹਨੂੰ ਭਾਈ ਦੱਸ ਦੇ ਜੇ ਕੋਈ ਹੈਗਾ ਸਸਤਾ ਤੇਰੇ ਕੋਲ, ਕਹਿੰਦਾ ਇਹੀ ਹੈ ਸਭ ਤੋਂ ਸਸਤਾ, ਮੈਂ ਕਿਹਾ ਉਹ ਮੈਂ ਪਹਿਲੀ ਲੈ ਚੁੱਕਿਆ। ਚਲੋ ਅਤੇ ਹੁਣ ਦੇਖਦੇ ਮੈਟਰੋ ਸਟੇਸ਼ਨ ਸਾਡੇ ਵਾਲਾ, ਵੈਸੇ ਮੈਂ ਉਹਦਾ ਸ਼ੋਰ ਹੈ ਵੀ ਉਹ ਆ ਗਿਆ ਸਾਹਮਣੇ, ਬਾਕੀ ਹਾਲੇ ਨਹੀਂ ਆਇਆ। ਨਹੀਂ ਨਹੀਂ ਉਹ ਦੇਖੋ ਸਾਹਮਣੇ ਆਪਣਾ ਪੰਜਾਬੀ ਆਪਣਾ ਉਹਦੇ ਕ੍ਰਿਸ਼ਨਾ ਇਹ ਦੇਖੋ, ਇਹ ਰੈਸਟੋਰੈਂਟ ਇੰਡੀਅਨ, ਮੈਂ ਇਹਦੀ ਪਹਿਚਾਣ ਰੱਖੀ ਵੀ ਹੈ, ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ। ਕ੍ਰਿਸ਼ਨਾ ਭਵਨ ਰੈਸਟੋਰੈਂਟ, ਇਹਨਾਂ ਕੋਲ ਆਪਣਾ ਪੂਰਾ ਪੰਜਾਬੀ ਫੂਡ ਲਿਆ ਤੁਹਾਨੂੰ ਦਿਖਾਉਣ ਜੀ, ਮੈਂ ਅੰਦਰ ਵੀਡੀਓ ਬਣਾ ਲਾ ਤੁਹਾਨੂੰ ਦਿਖਾਉਣਾ ਅੰਦਰੋਂ ਇਹਨਾਂ ਦਾ ਬਫੇ ਪੂਰਾ ਕਿਵੇਂ ਇਹਨਾਂ ਨੇ ਲਗਾ ਰੱਖਿਆ ਪੰਜਾਬੀ ਫੂਡ ਦਾ। ਮੈਂ ਖਾਇਆ ਨਹੀਂ ਇੱਥੇ ਪਰ ਮੈਂ ਆਇਆ ਸੀ ਕੱਲ੍ਹ, ਸਿੰਜੀਸ ਰਾਈਸ ਵੀ ਇੰਜੋਏ ਕਰਦੇ ਹਾਂ ਪੰਜਾਬੀ ਫੂਡ ਨੂੰ, ਪੰਜਾਬੀ ਨਹੀਂ ਸਗੋਂ ਇੰਡੀਅਨ ਫੂਡ ਸਾਰਾ ਹੀ ਹੋ ਗਿਆ ਆਪਣਾ। ਮੈਂ ਚਲੋ ਹੁਣ ਮੈਟਰੋ ਰਾਹੀਂ ਚੱਲੀਏ ਆਪਣੇ ਹੋਟਲ। ਲਓ ਜੀ ਪਹੁੰਚ ਗਏ ਸਟੇਸ਼ਨ 'ਤੇ, ਹੁਣ ਦੇਖਦੇ ਉਹ ਕਿੱਧਰਲੀ ਲੈਨ ਹੈ ਦੇਖੋ 12। ਵੇਟ ਲਓ ਜੀ, ਬੈਠੇ ਮੈਟਰੋ ਸਟੇਸ਼ਨ 'ਤੇ, ਵੇਟ ਕਰ ਰਹੇ ਮੈਟਰੋ ਦੀ। ਮੈਟਰੋ ਸਟੇਸ਼ਨ ਦਾ ਨਾਮ ਹੈ, ਇਹਦੇ ਦੋਨੋਂ ਸਾਈਡ ਹੁੰਦੇ ਆ ਮੈਟਰੋ, ਇੱਧਰਲੀ ਸਾਈਡ ਵਾਲੀ ਸਾਈਡ ਜਿਹੜੀ ਲੈਨ ਅਸੀਂ ਪਕੜਨੀ, ਜਿਸ ਤਰ੍ਹਾਂ ਮੰਨ ਲਓ ਮੈਂ ਹੁਣ ਆਪਣੇ ਹੋਟਲ ਵੱਲ ਜਾਣਾ ਹੈ ਤਾਂ ਉੱਪਰ ਐਰੋ ਲੱਗਿਆ ਹੋਇਆ ਹੁੰਦਾ ਉਹ ਦੇਖ ਕੇ ਆਉਣਾ ਪੈਂਦਾ ਹੈ, ਕਈ ਵਾਰ ਆਪਾਂ ਦੂਜੀ ਸਾਈਡ ਚਲੇ ਜਾਂਦੇ ਫਿਰ ਉਹ ਵਾਪਸ ਰਿਟਰਨ ਹੋ ਜਾਂਦੀ ਹੈ, ਅਤੇ ਬਾਅਦ ਇੱਥੋਂ ਮੈਨੂੰ ਇੱਕ ਮੈਟਰੋ ਚੇਂਜ ਕਰਨੀ ਪੈਣੀ ਹੈ, ਡਾਇਰੈਕਟ ਮੇਰੇ ਹੋਟਲ 'ਤੇ ਇਹ ਨਹੀਂ ਜਾਏਗੀ, ਪਹਿਲਾਂ ਇੱਥੋਂ ਮੈਂ ਜਾਊਂਗਾ ਇੱਕ ਸਟੇਸ਼ਨ 'ਤੇ ਫਿਰ ਉੱਥੋਂ ਚੇਂਜ ਕਰਕੇ ਦੂਜੀ ਲਾਊਂਗਾ ਜੀ। ਸਟੇਸ਼ਨ ਚੇਂਜ ਜੀ, ਨਵੀਂ ਮੈਟਰੋ ਦੂਜੀ M14 ਕਰਕੇ ਦਿਖਾਉਂਦੇ ਤੁਹਾਨੂੰ ਅੱਗੇ ਕਿਵੇਂ ਚੇਂਜ।
ਆਉਂਦੇ ਸਰ ਲਓ ਜੀ ਇੱਥੇ ਆ ਕੇ ਵੀਹ ਮਿੰਟ ਹਾਂਜੀ ਲਾਸਟ ਨਾਈਟ ਪੈਰਿਸ 'ਚ ਕੱਲ੍ਹ ਨੂੰ ਮੋਰਨਿੰਗ ਨਿਕਲ ਜਾਣਾ ਇੰਡੀਆ ਵੱਲ ਨੂੰ ਜਾ ਰਹੇ ਆਪਣੇ ਹੋਟਲ ਵੱਲ ਨੂੰ ਮੈਟਰੋ ਤੋਂ ਬਾਅਦ ਫੂਡ ਪੈਕ ਕਰਾ ਲਿਆ ਗਿਫਟਸ ਆਈਟਮ ਲੈ ਲਈਆਂ ਸਾਰਾ ਕੁਛ ਆਲਮੋਸਟ ਡਨ ਅਤੇ ਜਿੰਨੀਆਂ ਸਾਈਟ ਸੀਨ ਹੈ ਸਾਰੇ ਦੇਖ ਵੀ ਚੁੱਕੇ ਹੈ ਅਤੇ ਇੱਧਰ ਦਾ ਨਜ਼ਾਰਾ ਆਪਣਾ ਹੀ ਹੈ ਜਿੱਥੇ ਸਾਡਾ ਹੋਟਲ ਹੈ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹੈ ਇਹ ਏਰੀਆ ਬੜਾ ਜ਼ਬਰਦਸਤ ਬੜਾ ਘੈਂਟ ਏਰੀਆ ਹੈ ਪੂਰਾ ਮਾਹੌਲ ਬਣਿਆ ਰਹਿੰਦਾ ਇਸ ਸਾਡੀ ਸਟਰੀਟ 'ਤੇ ਹੁਣ ਤਾਂ ਆਪਣੀ ਲੱਗਦੀ ਸਟਰੀਟ ਇਹ ਹੋਟਲ ਟ੍ਰੈਫਿਕ ਜੈਮ ਕਾਫੀ ਹੈ ਕੋਈ ਲਾਈਨ ਨਹੀਂ ਤੋੜਦਾ ਦੇਖੋ ਲਾਈਨ 'ਚ ਖੜੀਆਂ ਗੱਡੀਆਂ ਪੂਰੀਆਂ ਜਦਕਿ ਇੱਧਰਲੀ ਰੋਡ ਪੂਰੀ ਬੰਦ ਪਈ ਹੈ ਪੂਰੀ ਮਤਲਬ ਕਿ ਖੁੱਲ੍ਹੀ ਪਰ ਇਹ ਸਾਰੀਆਂ ਗੱਡੀਆਂ ਇੱਕ ਲਾਈਨ 'ਚ ਖੜੀਆਂ ਇਹ ਇੰਡੀਆ ਹੁੰਦਾ ਤਾਂ ਬੰਦੇ ਐਂ ਕਰ ਕਰਕੇ ਉੱਪਰ ਉੱਪਰ ਚੜ੍ਹਾਈਆਂ ਹੋਣੀਆਂ ਸੀ ਮਾੜਾ ਇੱਥੇ ਲਾਈਨ ਤੋੜਦਾ ਬਿਲਕੁਲ ਲਾਈਨ 'ਚ ਖੜੇ ਹੈ ਚਾਹੇ ਦੂਜੀ ਸਾਈਡ ਬਿਲਕੁਲ ਖਾਲੀ ਪਈ ਹੈ